ਕਿਸਾਨੀ ਅੰਦੋਲਨ ਦੇ ਚਲਦਿਆਂ ਅੱਜ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਇਸੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਿਸਾਨਾਂ ਵੱਲੋਂ ਜਿੱਥੇ ਅਲੱਗ ਅਲੱਗ ਹਲਕਿਆਂ ਵਿੱਚ ਬੈਰੀਗੇਟ ਲਗਾ ਕੇ ਰੋਡ ਜਾਮ ਕੀਤੇ ਗਏ, ਉੱਥੇ ਹੀ ਕਿਸਾਨਾਂ ਵੱਲੋਂ ਰੇਲਵੇ ਟਰੈਕ 'ਤੇ ਧਰਨਾ ਲਗਾਇਆ। ਫਿਰੋਜ਼ਪੁਰ ਦੇ ਦਿਹਾਤੀ ਇਲਾਕਾ ਤਲਵੰਡੀ ਦੇ ਰੇਲਵੇ ਸਟੇਸ਼ਨ 'ਤੇ ਅਜਮੇਰ ਤੋਂ ਚੱਲ ਕੇ ਅੰਮ੍ਰਿਤਸਰ ਜਾ ਰਹੀ ਇੱਕ ਟ੍ਰੇਨ ਵੀ ਰੋਕੀ ਗਈ। ਇਸ ਸੰਬੰਧੀ ਜਦੋਂ ਮੁਸਾਫਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿਸਾਨੀ ਅੰਦੋਲਨ ਦੇ ਚਲਦਿਆਂ ਇਹ ਟ੍ਰੇਨ ਰੋਕੀ ਗਈ ਹੈ, ਜੋ ਤਲਵੰਡੀ ਰੇਲਵੇ ਸਟੇਸ਼ਨ 'ਤੇ ਸਵੇਰ ਦੇ 6 ਵਜੇ ਤੋਂ ਖੜ੍ਹੀ ਹੈ ਅਤੇ ਉਹਨਾਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ, ਪਰ ਟ੍ਰੇਨ ਰੁਕਣ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ, ਬੇਸ਼ੱਕ ਕਿਸਾਨਾਂ ਵੱਲੋਂ ਧਰਨਾ ਲਗਾ ਟ੍ਰੇਨ ਰੋਕੀ ਗਈ ਹੈ, ਪਰ ਕਿਸਾਨਾਂ ਵੱਲੋਂ ਉਹਨਾਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਤਾਂ ਕਿ ਬਾਜ਼ਾਰ ਬੰਦ ਹੋਣ ਕਾਰਨ ਯਾਤਰੀਆਂ ਨੂੰ ਭੁੱਖ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਰਕਾਰ ਦੀ ਜਿੱਦ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਮੈਂ ਜੈਪੁਰ ਆਇਆ ਹਾਂ ਔਰ ਅੰਮ੍ਰਿਤਸਰ ਜਾਣਾ ਹੈ। ਉਹ ਕਿਸਾਨ ਅੰਦੋਲਨ ਕਾਰਨ ਹੋਈ ਹੈ। ਸਮੱਸਿਆ ਵਗੈਰਾ ਤਾਂ ਕੁਝ ਨਹੀਂ ਹੈ, ਮੇਰੇ ਇਗਜ਼ਾਮ ਹੈ ਕੱਲ 9 ਵਜੇ, ਤੋ ਇਗਜ਼ਾਮ ਪਹੁੰਚੂਗਾ ਨਾ ਪਹੁੰਚੂਗਾ ਪਤਾ ਨਹੀਂ ਹੈ, ਦਿੱਕਤ ਆਈ ਆਉਣ ਲੱਗ ਰਹੀ ਹੈ। ਔਰ ਇੱਥੇ ਤੋਂ ਕੋਈ ਦਿੱਕਤ ਕੋਈ ਨਹੀਂ ਹੈ, ਖਾਣੋ ਵਾਣੋ ਮਿਲਣ ਲੱਗ ਰਹੀ ਹੈ, ਸਭ ਸੁਵਿਧਾ ਮਿਲਣ ਲੱਗ ਰਹੀ ਹੈ। ਆ ਖੜੀ ਹੈ 8 ਵਜੇ, 8 ਵਜੇ ਯਹੀਂ ਪੇ ਪਹੁੰਚ ਗਏ ਥੇ, ਵਹੀਂ ਪਿੱਛੇ ਪਿੱਛੇ ਵੀ ਰੁਕ ਗਈ ਥੀ ਇੱਕ ਵਾਰ, ਔਰ ਅਬ ਯਹਾਂ ਪੇ ਤੋ ਰੁਕੀ ਹੋਈ ਹੈ। ਅਬ ਯੇ ਬੋਲ ਰਹੇ ਹੈ ਕਿ 6 ਵਜੇ ਕੇ ਲਗਭਗ ਚਲੇਗੀ ਯਹਾਂ ਸੇ, ਤੋ ਵੋ ਵੀ ਸ਼ੋਰ ਨਹੀਂ ਹੈ ਕਿ 6 ਵਜੇ ਚਲੇਗੀ, ਆਗੇ ਕਹਾਂ ਛੋੜੇਗੀ ਉਸਕਾ ਵੀ ਪਤਾ ਨਹੀਂ ਹੈ, ਔਰ ਵਹਾਂ ਸੇ ਆਗੇ ਕਿਸ ਕਿਸ ਸੇ ਜਾਏਂਗੇ ਨਹੀਂ ਜਾਏਂਗੇ ਵੋ ਵੀ ਪਤਾ ਨਹੀਂ ਹੈ। ਭਾਰਤ ਨਾ ਆਇਆ ਜੀ। ਅਲਵਰ ਤੋਂ ਆ ਰਹੇ ਜੀ। ਅੰਮ੍ਰਿਤਸਰ ਜੰਕਸ਼ਨ। ਕਿਸਾਨ ਅੰਦੋਲਨ ਕਰਕੇ ਪਹਿਲੇ ਵੀ ਗੱਲ ਹੋਈ ਹੈ ਅਫਸਰਾਂ ਨਾਲ, ਉਹ ਕਹਿੰਦੇ ਨੇ ਕਿਸਾਨ ਅੱਗੇ ਪਟਰੀ 'ਤੇ ਬੈਠੇ ਨੇ, 6 ਵਜੇ ਟਰੈਕ ਖਾਲੀ ਕਰਨਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਪਤਾ ਲੱਗੇਗਾ ਵੀ ਟ੍ਰੇਨ ਅੱਗੇ ਜਾਏਗੀ ਨਹੀਂ ਜਾਏਗੀ। ਹੁਣ ਅਸੀਂ ਇੱਧਰ ਬੈਠੇ ਨੇ, ਇਤਨੀ ਦੂਰੋਂ ਆਏ ਨੇ, 800 ਕਿਲੋਮੀਟਰ ਦੂਰ ਬੈਠੇ ਨੇ, ਨਾ ਸਾਡੇ ਕੋਲ ਕੋਈ ਸਾਧਨ ਨਾ ਕੋਈ ਕੁਝ ਹੈਗਾ, ਕਿਸ 'ਤੇ ਜਾਏਦੇ ਕਿਸ 'ਤੇ ਨਹੀਂ। ਅੰਮ੍ਰਿਤਸਰ ਵੀ ਜਾਣਾ ਹੈ ਤਾਂ ਉਹ ਵੀ ਨੈੱਟ 'ਤੇ ਦਿਖਾ ਰਿਹਾ ਕਿ ਬਈ ਜਲੰਧਰ ਜਾ ਕੇ ਟ੍ਰੇਨ ਕੈਂਸਲ ਹੋ ਜਾਏਗੀ, ਉਹਦਾ ਵੀ ਪਤਾ ਨਹੀਂ ਹੈ ਉੱਥੇ ਕਿੰਨੇ ਵਜੇ ਪਹੁੰਚਾਂਗੇ ਕਿੰਨੇ ਵਜੇ ਨਹੀਂ ਪਹੁੰਚਾਂਗੇ, ਕੋਈ ਪੱਕਾ ਨਹੀਂ ਹੈ ਅੱਗੇ। ਸਰਕਾਰ ਦੀਆਂ ਨਲਾਇਕੀਆਂ ਦਾ ਖੁਲਿਆਜਾ ਆਮ ਜਨਤਾ, ਬਿਲਕੁਲ ਜੀ ਬਿਲਕੁਲ, ਹੁਣ ਲੱਗ ਰਿਹਾ ਜੀ ਸਰਕਾਰ ਦੀ ਕਮੀ ਤਾਂ ਹੈ ਤਾਂ ਹੀ ਇਹੀ ਹੋ ਰਿਹਾ। ਜੈਪੁਰ ਸੇ ਆ ਰਹੇ, ਲੁਧਿਆਣਾ ਜਾ ਰਹੇ ਸੀ। ਨਹੀਂ ਜੀ, ਸੁਬਹਾ ਸੇ ਰੁਕੀ ਹੈ। ਕਬ ਸੇ ਕਰ ਰਹੇ ਬੁੱਕ ਹੈ, ਪਿਆਸੇ ਬੈਠੇ ਹੈ, ਵੋ ਤੁਸੀਂ ਭਗਵਾਨ ਇਹਨਾਂ ਸੁਵਿਧਾ ਕਰ ਰੱਖੀ ਹੈ, ਵਰਨਾ ਹਮ ਤਾਂ ਸੁਬਹਾ ਸੇ ਅਸੀਂ ਬੁੱਕੇ ਬੈਠੇ ਹੈ, ਤੋ ਫਿਰ ਅਸੀਂ ਕਿਸ ਕਾਰਨ ਸੇ ਬੰਦੇ ਹਮੇਂ ਵੀ ਪਤਾ ਨਹੀਂ ਚੱਲ ਰਿਹਾ ਹੈ। ਖਾਣਾ ਤਾਂ ਚਲੋ ਕੋਈ ਬਾਤ ਨਹੀਂ, ਰੱਬ ਕੇ ਵੀਰ ਜੀ ਸੇ ਮਿਲ ਗਿਆ ਖਾਣਾ, ਤੋ ਬਾਕੀ ਐਸੇ ਹੀ ਭੁੱਖੇ ਬੈਠੇ ਰਹਤੇ ਹੈ। ਸਰਕਾਰ ਵੀ ਸੋਚਣਾ ਚਾਹੀਏ ਨਾ, ਸਰਕਾਰ ਕੋ ਵੀ ਤੋ ਲਗਤਾ ਹੈ ਨਾ, ਹਮ ਕਿਉਂ ਭੁਗਤ ਰਹੇ, ਹਮੇਂ ਵੀ ਸਮਝ ਵੀ ਨਹੀਂ ਆ ਰਿਹਾ ਹੈ ਨਾ, ਉਹੀ ਤੋ ਹਮ ਵੀ ਪੁੱਛਣਾ ਚਾਹੇਂਗੇ ਕਿ ਸਰਕਾਰ ਐਸਾ ਕਿਉਂ ਕਰ ਰਹੀ ਹੈ। ਮੇਰਾ ਨਾਮ ਨੀਰਜ ਕੁਮਾਰ ਹੈ ਜੀ। ਨੀਰਜ ਜੀ ਕਿੱਥੋਂ ਆ ਰਹੇ ਹੋ? ਮੈਂ ਰਵਾੜੀ ਤੋਂ ਆਇਆ ਜੀ, ਲੁਧਿਆਣੇ ਜਾ ਰਿਹਾ ਜੀ ਮੈਂ। ਸਰ ਇਹ ਜਿਹੜਾ ਕਿਸਾਨ ਜਥੇਬੰਦੀਆਂ ਦੁਆਰਾ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਜੀ 26 ਤਰੀਕ ਨੂੰ, ਉਹਦੇ ਕਰਕੇ ਇਹ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਜੀ। ਟ੍ਰੇਨ ਟਰੈਕ ਜਾਮ ਕੀਤੇ ਗਏ ਨੇ ਅਤੇ ਜਿਵੇਂ ਹਾਈਵੇ ਮਤਲਬ ਜਿੰਨੇ ਵੀ ਆਪਣੇ ਟਰਾਂਸਪੋਰਟ ਮਹਿਕਮੇ ਨੇ ਉਹ ਸਾਰੇ ਬੰਦ ਕੀਤੇ ਗਏ ਨੇ, ਜਿਹਦੇ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇੱਧਰ ਉੱਧਰ ਆਉਣ ਜਾਣ ਦੇ ਵਿੱਚ, ਅਤੇ ਇੱਥੇ ਟ੍ਰੇਨ ਰੋਕਣ ਦੇ ਨਾਲ ਕਾਫੀ ਜਣਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਭਾਵੇਂ ਉਹ ਛੋਟੇ ਬੱਚੇ ਨੇ, ਬਜ਼ੁਰਗ ਨੇ ਜਾਂ ਨੌਜਵਾਨ ਨੇ, ਕੋਈ ਵੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾ ਰਿਹਾ ਜੀ, ਅਤੇ ਇਹ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿੰਨੇ ਵਜੇ ਤੋਂ ਟ੍ਰੇਨ ਰੁਕੀ ਹੋਈ ਹੈ? ਇਹ ਟ੍ਰੇਨ ਜੀ ਸਵੇਰੇ 10 ਵਜੇ ਤੋਂ ਰੁਕੀ ਹੋਈ ਹੈ ਜੀ, ਪਹਿਲਾਂ ਇਸ ਤੋਂ ਪਹਿਲਾਂ ਸਟੇਸ਼ਨ 'ਤੇ 1.5 ਘੰਟਾ ਰੁਕੀ ਗਈ ਹੈ ਜੀ, ਉਸ ਤੋਂ ਬਾਅਦ ਇਹ ਇੱਥੇ ਆਪਣਾ ਤਲਵੰਡੀ ਆ ਕੇ ਉਦੋਂ ਦੀ ਇਹ ਟ੍ਰੇਨ ਰੁਕੀ ਹੋਈ ਹੈ ਜੀ ਇੱਥੇ, ਅਤੇ 6 ਵਜੇ ਤੱਕ ਇਹ ਚੱਲਣ ਦਾ
मतलब ऐलान किया गया जी। हजे तक बिल्कुल जी सरकार किसानी मंगा मननिया चाहिए ने, अंदोलन रद्द किए जाने चाहिए, बिल रद्द किए जाने चाहिए ने जिदे करके ताकि लोगों को ज़्यादा परेशानी ना आए अगे अगे तो, बिल्कुल रद्द किए जाने चाहिए।